ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ MLAs ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ, ਜਿਸ ਦੀਆਂ ਉਗੜਵੀਆਂ ਮਿਸਾਲਾਂ ਚੋਣਾਂ ਦੌਰਾਨ ਵੀ ਆਈਆਂ ਸੀਗੀਆਂ, ਸਾਡੇ ਕਈ ਵਰਕਰ ਗ੍ਰਿਫਤਾਰ ਕੀਤੇ ਗਏ, ਥਾਣੇ ਬੁਲਾਏ ਗਏ, ਕਈ ਸਰਪੰਚਾਂ ਨੂੰ DDPO ਵੱਲੋਂ ਚਿੱਠੀਆਂ ਜਾਰੀ ਕੀਤੀਆਂ, ਇਨਕੁਆਰੀਆਂ ਮਾਰ ਕੀਤੀਆਂ ਗਈਆਂ, ਜਿਹੜਾ ਕਿ ਮੋਰਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ। ਤੇ ਦੂਜੇ ਜਿਹਨਾਂ ਹਲਕਿਆਂ ਚੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁੱਕਵੀਆਂ ਸ਼ਿਕਾਇਤਾਂ ਨੇ, ਉਹ ਹਲਕਾ ਸਨੌਰ ਹੈ, ਹਲਕਾ ਘਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਹੈ, ਜਿੱਥੇ ਸਾਰੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸੋ ਜਿਹੜੀਆਂ ਸੱਤਾ ਦੇ ਹੰਕਾਰ ਚ, ਪੈਸੇ ਦੇ ਹੰਕਾਰ ਚ, ਜਿਹੜਾ ਪੈਸਾ ਇਹਨਾਂ ਕੋਲ ਆ ਰਿਹਾ ਹੈਗਾ, ਜਿਹਨੂੰ ਜਿਹੜਾ ਕਿ ਨਜਾਇਜ਼ ਢੰਗ ਨਾਲ ਕਮਾ ਰਹੇ ਨੇ ਖਨਨ ਰਾਹੀਂ ਕਬਜ਼ੇ ਕਰਕੇ, ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ, ਜੋ ਇਹਨਾਂ ਦੀਆਂ ਜਿਹੜੀਆਂ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ, ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਰਾਹੀਂ ਜਿਹੜੇ ਨਵੇਂ ਨਵੇਂ ਬਣੇ MLA, ਜਿਹੜੀ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਸਰਕਾਰ ਹੈ, ਉਹ ਕੱਟੜ ਬੇਈਮਾਨ MLA ਨੇ, ਕੱਟੜ ਬੇਈਮਾਨ ਮਿਨਿਸਟਰ ਨੇ, ਉਹਨਾਂ ਦੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ, ਔਰ ਉਹਨਾਂ ਦੇ ਚੱਲਦੇ ਟਿੱਪਰ, ਉਹਨਾਂ ਦੇ ਹੁੰਦੇ ਕਬਜ਼ੇ ਲੋਕੀ ਰੋਜ਼ ਦੇਖਦੇ ਨੇ, ਅਸੀਂ ਵੀ ਰੋਜ਼ ਦੇਖਦੇ ਹਾਂ। ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਤੇ ਅਸੀਂ ਵੀ ਤੁਹਾਨੂੰ ਇਸੇ ਤਰ੍ਹਾਂ ਇੱਕ ਜ਼ਿੰਮੇਵਾਰ ਮੀਡੀਆ ਪਰਸਨ ਦੇ ਤੌਰ ਤੇ ਤੁਹਾਨੂੰ ਕੋਪਰੇਟ ਕਰਾਂਗੇ, ਔਰ ਤੁਹਾਡੇ ਵਾਸਤੇ ਅਸੀਂ ਜੋ ਵੀ ਸਾਡੇ ਕੋਲ ਮਟੀਰੀਅਲ ਹੋਇਆ ਜਾਂ ਸਾਡੇ ਕੋਲ ਕਹਿਣ ਵਾਲੀ ਗੱਲ ਹੋਈ, ਤੁਹਾਡੇ ਥਰੂ ਅਸੀਂ ਲੋਕਾਂ ਤੱਕ ਵੀ ਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ। ਤੇ ਅੱਜ ਦਾ ਜੋ ਸਾਡੀ ਪ੍ਰੈਸ ਕਾਨਫਰੰਸ ਹੈ, ਇਹਦੇ ਚ ਅਸੀਂ ਮੁੱਖ ਰੂਪ ਵਿੱਚ, ਮੈਂ ਡਾਕਟਰ ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਪਟਿਆਲਾ ਲੋਕ ਸਭਾ ਹਲਕਾ, ਮੇਰੇ ਨਾਲ ਸਰਦਾਰ ਹੈਰੀਮਾਨ ਸਾਹਿਬ ਨੇ ਹਲਕਾ ਸਨੌਰ ਦੇ ਹਲਕਾ ਇੰਚਾਰਜ, ਮੇਰੇ ਨਾਲ ਸਰਦਾਰ ਬਦਲਾ ਜਲਾਲਪੁਰ ਨੇ ਹਲਕਾ ਘਨੌਰ ਦੇ ਹਲਕਾ ਇੰਚਾਰਜ, ਮੇਰੇ ਨਾਲ ਮੋਹਿਤ ਮਿੰਦਰਾ ਜੀ ਨੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ, ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਇੰਚਾਰਜ ਤਾਂ 9 ਨੇ, ਸਿਰਫ ਚਾਪਾ 4 ਕਿਉਂ ਇਕੱਠੇ ਹੋਏ ਹੈਗੇ? ਉਹਦਾ ਸਿੰਪਲ ਮਕਸਦ ਇਹ ਹੈ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸਦੇ MLAs ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ, ਜਿਸ ਦੀਆਂ ਉਗੜਵੀਆਂ ਮਿਸਾਲਾਂ ਚੋਣਾਂ ਦੌਰਾਨ ਵੀ ਆਈਆਂ ਸੀਗੀਆਂ, ਸਾਡੇ ਕਈ ਵਰਕਰ ਗ੍ਰਿਫਤਾਰ ਕੀਤੇ ਗਏ, ਥਾਣੇ ਬੁਲਾਏ ਗਏ, ਕਈ ਸਰਪੰਚਾਂ ਨੂੰ DDPO ਵੱਲੋਂ ਚਿੱਠੀਆਂ ਜਾਰੀ ਕੀਤੀਆਂ, ਇਨਕੁਆਰੀਆਂ ਮਾਰ ਕੀਤੀਆਂ ਗਈਆਂ, ਜਿਹੜਾ ਕਿ ਮੋਰਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ। ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ, ਉਸ DDPO ਦੇ ਬਾਈ ਨੇਮ ਸ਼ਿਕਾਇਤਾਂ ਦਰਜ ਕਰਾਈਆਂ, ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ, DC ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ RO ਸਾਹਿਬ ਸੀਗੇ, ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ, ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ, ਔਰ ਆਪਣੀ ਰਾਜ ਕਰਦਾ ਪਾਰਟੀ ਆ ਆਮ ਆਦਮੀ ਪਾਰਟੀ ਲਈ, ਉਹ ਬਤੌਰ ਇੱਕ ਮੈਂਬਰ ਦੇ ਤੌਰ ਤੇ, ਉਹਦੇ ਸਰਕਾਰੀ ਵਰਕਰ ਦੇ ਤੌਰ ਤੇ ਉਹ ਕਾਰਜਸ਼ੀਲ ਰਿਹਾ ਹੈਗਾ ਹੈ। ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਹਦਾ ਖਹਿੜਾ ਨਹੀਂ ਛੱਡ ਰਹੇ, ਉਹਦਾ ਅਜੇ ਕੇਸ 'ਚ ਅਸੀਂ ਪ੍ਰੋਪਰਟੀ ਅਥਾਰਟੀ ਕੋਲ ਲੈ ਕੇ ਜਾਵਾਂਗੇ, ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ। ਤੇ ਦੂਜੇ ਜਿਹਨਾਂ ਹਲਕਿਆਂ ਚੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁੱਭਵੀਆਂ ਸ਼ਿਕਾਇਤਾਂ ਨੇ, ਉਹ ਹਲਕਾ ਸਨੌਰ ਹੈ, ਹਲਕਾ ਘਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਹੈ, ਜਿੱਥੇ ਸਾਰੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਚੋਣਾਂ ਦੌਰਾਨ ਮੈਂ ਖੁਦ SSP ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਿਹਾ ਕਰਾਇਆ, ਦੂਜੇ ਨੂੰ ਇੱਕ ਗੁੰਡਾ ਅਨਸਰਾਂ ਨੇ ਉਹਦੀਆਂ ਲੱਤਾਂ ਮਾਹਾਂ ਤੋੜਤੀਆਂ, ਉਹ ਰਾਜਪੁਰੇ ਹਸਪਤਾਲ ਦਾਖਲ ਹੈਗਾ ਹੈ। ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਰੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਸਾਹਿਬ, ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ, ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਉਹਨਾਂ ਨੇ ਬੜੀ ਮੁਸਤੈਦੀ ਨਾਲ ਉਹਨੂੰ ਫੇਲ ਕੀਤਾ ਹੈਗਾ, ਔਰ ਆਪਣੇ ਫੁਰਤੀ ਵਰਤ ਕੇ ਉਹ ਮਸਾ ਮਸਾ ਉਸ ਚੋਂ ਬਚੇ ਨੇ। ਸੋ ਜਿਹੜੀਆਂ ਸੱਤਾ ਦੇ ਹੰਕਾਰ ਚ, ਪੈਸੇ ਦੇ ਹੰਕਾਰ ਚ, ਜਿਹੜਾ ਪੈਸਾ ਇਹਨਾਂ ਕੋਲ ਆ ਰਿਹਾ ਹੈਗਾ,
ਜਿਹਨੂੰ ਜਿਹੜਾ ਕਿ ਨਜਾਇਜ਼ ਢੰਗ ਨਾਲ ਕਮਾ ਰਹੇ ਨੇ ਖਨਨ ਰਾਹੀਂ ਕਬਜ਼ੇ ਕਰਕੇ, ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ, ਜੋ ਇਹਨਾਂ ਦੀਆਂ ਜਿਹੜੀਆਂ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ, ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਰਾਹੀਂ ਜਿਹੜੇ ਨਵੇਂ ਨਵੇਂ ਬਣੇ MLA, ਜਿਹੜੀ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਸਰਕਾਰ ਹੈ, ਉਹ ਕੱਟੜ ਬੇਈਮਾਨ MLA ਨੇ, ਕੱਟੜ ਬੇਈਮਾਨ ਮਿਨਿਸਟਰ ਨੇ। ਉਹਨਾਂ ਦੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ, ਔਰ ਉਹਨਾਂ ਦੇ ਚੱਲਦੇ ਟਿੱਪਰ, ਉਹਨਾਂ ਦੇ ਹੁੰਦੇ ਕਬਜ਼ੇ ਲੋਕੀ ਰੋਜ਼ ਦੇਖਦੇ ਨੇ, ਅਸੀਂ ਵੀ ਰੋਜ਼ ਦੇਖਦੇ ਹਾਂ। ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖਨਨ ਕਰਦੇ ਹੋਏ ਇਹਨਾਂ ਦੇ ਬੰਦੇ ਉੱਤੇ, ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਉਹਦੀ, ਤਾਂ ਹੋਰ ਜਿਹੜੇ ਸਾਧਨ ਉਹਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ। ਸੋ ਲੋਕਾਂ ਦੇ ਦਹਿਸ਼ ਪਾਉਣ ਲਈ ਇੱਕ ਤਾਂ ਚੋਣਾਂ ਦੌਰਾਨ ਇਹਨਾਂ ਨੂੰ ਬਹੁਤ ਪਿੰਡਾਂ 'ਚ ਭਜਾਇਆ ਗਿਆ, ਮੌਜੂਦਾ ਜਿਹੜੀ ਰਾਜਕਰਤਾ ਪਾਰਟੀ ਆਮ ਆਦਮੀ ਪਾਰਟੀ ਹੈਗੀ ਹੈ, ਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਜਿਹੜੀ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ, ਔਰ ਖਤਰਨਾਕ ਹੱਦ ਤੱਕ ਇਹ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈਗੇ ਆ। ਸੋ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ, ਚੇਤਾਵਨੀ ਦੇਣ ਲਈ, ਤੇ ਜਿਹੜਾ ਪ੍ਰਜਾ ਦਾ ਪੁਲਿਸ ਤੰਤਰ ਹੈਗਾ ਉਹਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਔਰ ਇਹ ਇਕੱਲੀ ਅਸੀਂ ਪ੍ਰੈਸ ਕਾਨਫਰੰਸ ਸੀਮਤ ਨਹੀਂ ਰੱਖਾਂਗੇ, ਅਸੀਂ ਸੜਕਾਂ ਤੇ ਉਤਰਾਂਗੇ, ਇਹਨਾਂ ਦਾ ਮੁਕਾਬਲਾ ਕਰਾਂਗੇ, ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ। ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ, ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ, ਇਸਦੇ ਸਾਧਨਾ ਸਰੋਤਾਂ ਦੀ ਲੁੱਟ, ਇਸਦੇ ਜਿਹੜੀ ਦਹਿਸ਼ਤ ਦਾ ਮਾਹੌਲ, ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦਮੀ ਪਾਰਟੀ ਦੇ MLA ਦੀ, ਖਾਸ ਤੌਰ ਤੇ MLA ਘਨੌਰ ਔਰ MLA ਸਮਾਣਾ ਔਰ MLA ਜਿਹੜੇ ਹੈਗੇ ਹੈ ਸਨੌਰ ਦੇ ਤਿੰਨੇ MLA ਹੈ, ਇਹਨਾਂ ਵੱਲੋਂ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ, ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਇਹਨਾਂ MLA ਘਰ ਵੀ ਘੇਰਾਂਗੇ ਔਰ SSP ਨੂੰ ਵੀ ਘੇਰਾਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ, ਅਸੀਂ ਯੋਧੇ ਹੈਗੇ ਹਾਂ, ਲੜਦੇ ਆ ਰਹੇ ਸਾਰੀ ਉਮਰ ਚੋਂ, ਤੇ ਨਾ ਇਹ ਮਹਿਰੀਮਾਨ ਸਾਹਿਬ, ਨਾ ਇਹ ਜਲਾਲਪੁਰ ਸਾਹਿਬ, ਤੇ ਨਾ ਇਹ ਮੋਹਿਤ ਮਿੰਦਾ ਸਾਹਿਬ, ਅਸੀਂ ਤਿੰਨੇ ਹੀ ਅਸੀਂ ਇੱਕ ਬਾਹ ਨਾਲ ਮਤਲਬ ਚੋਟੀਆਂ ਚੋਟੀ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਦੇ MLA ਧੱਕੇ ਦਾ ਵੀ ਚੜ ਕੇ ਮੁਕਾਬਲਾ ਕਰਾਂਗੇ। ਔਰ ਜਿਹੜਾ ਪੱਖਪਾਤੀ ਰਵੱਈਆ ਪ੍ਰਸ਼ਾਸਨ ਦਾ ਹੈਗਾ ਹੈ, ਜਿਹੜਾ ਖਾਸ ਤੌਰ ਤੇ SSP ਦਾ ਪੱਖਪਾਤੀ ਰਵੱਈਆ ਹੈਗਾ, ਉਹਨੂੰ ਵੀ ਅਸੀਂ ਸ਼ਰੇ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਦਰਜ ਤੱਕ ਕਰਾਂਗੇ, ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬ ਦੇ ਹੈਗੀ ਹੈ, ਇਹ ਆਪਣੇ ਆਪਣੇ ਜੋ ਇਹਨਾਂ ਜੇ ਕਸਮ ਖਾਧੀ ਹੈ ਉਹ ਸੰਵਿਧਾਨ ਦੀ ਖਾਧੀ ਹੈ, ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਧੀ ਹੈ, ਨਾ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੇ MLA ਹੈ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਧੀ ਹੋਈ। ਇਹਨਾਂ ਨੂੰ ਆਪਣਾ ਫਰਜ਼ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਪੰਜਾਬ ਸਰਕਾਰ ਨੂੰ ਵੀ ਔਰ ਪਟਿਆਲੇ ਦੀ ਅਫਸਰਸ਼ਾਹੀ ਨੂੰ ਵੀ, ਖਾਸ ਤੌਰ ਤੇ ਪੁਲਿਸ ਤੰਤਰ ਨੂੰ, ਕਿ ਆਪਣੇ ਥਾਣਿਆਂ ਨੂੰ ਕੰਟਰੋਲ 'ਚ ਕਰੇ, ਆਪਣੇ ਥਾਣੇਦਾਰਾਂ ਨੂੰ ਕੰਟਰੋਲ 'ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋਈ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ, ਨਹੀਂ ਤਾਂ ਅਸੀਂ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ। ਮੈਂ ਤੁਹਾਡਾ ਵਾਅਦਾ ਕਰਦਾ ਕਿ ਅਸੀਂ ਚਾਰੇ ਜਣੇ ਰਲ ਕੇ, ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ, ਮੈਂ ਲੋਕ ਚਾਹੁੰਦਾ, ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ। ਹਲਕਾ ਰਾਜਪੁਰਾ ਤੇ ਹਲਕਾ ਘਨੌਰ ਤੇ ਹਲਕਾ ਡੇਰਾਬਸੀ, ਡੇਰਾਬਸੀ ਵਾਲ ਨਾਲ ਗੱਲ ਕੀਤੀ ਹੈ, ਉੱਥੇ ਸ਼ਾਇਦ ਉਹਨਾਂ ਦਾ ਸਾਰਾ ਤੰਤਰ ਅਲੱਗ ਹੈ, ਮੋਹਾਲੀ ਪੁਲਿਸ ਦਾ ਉੱਥੇ, ਮੋਹਾਲੀ ਦਾ ਉੱਥੇ ਸਾਰਾ ਜਿਹੜੀ ਉੱਥੇ ਪ੍ਰਸ਼ਾਸਨਿਕ ਕੰਮ ਹੈਗਾ ਮੋਹਾਲੀ ਤੋਂ ਹੁੰਦਾ ਹੈਗਾ, ਉਹਨਾਂ ਦੇ ਅਲੱਗ ਕੇਸ ਹੋਊਗਾ, ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ। ਤੇ ਹਲਕਾ ਘਨੌਰ ਤੇ ਹਲਕਾ ਰਾਜਪੁਰਾ ਉਹ ਮਤਲਬ ਸਾਡੇ ਮਦਨ ਲਾਲ ਜਲਾਲਪੁਰ ਹੋਣੀ, ਜਿਹੜੇ ਕਿ ਪਹਿਲਾਂ ਹੀ ਸਰਗਰਮ ਨੇ, ਜਿਹਨਾਂ ਨੇ ਸਰਕਾਰ ਦਾ ਡੱਕ ਭੰਨਿਆ ਹੈਗਾ ਔਰ ਆਪਣੇ ਬੰਦੇ ਛੜਾਏ ਅਸੀਂ ਰਲ ਕੇ ਦੋਨਾਂ ਨੇ, ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ, ਚਾਹੇ ਸਾਨੂੰ ਰੱਬ ਦੀ ਧੁਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ। ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਭਾ ਹੈਗਾ, ਕਿਉਂਕਿ ਨਾਭਾ 'ਚ ਹਲਕਾ 4 ਸਾਡੇ ਅਜੇ ਮੌਜੂਦ ਹੈ ਨਹੀਂ, ਇਸ ਕਰਕੇ ਉਹ ਦੋਨੇ ਹਲਕੇ
ਮੋਹਿਤ ਮਿੰਦਰਾ ਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਕੋਈ ਪੁਲਿਸ ਧੱਕਾ ਕਰਦੀ ਹੈ, ਕੋਈ ਸਰਕਾਰ ਧੱਕਾ ਕਰਦੀ ਹੈ, ਐਮਐਲਏ ਧੱਕਾ ਕਰਦਾ ਹੈਗਾ ਜਾਂ ਉਸ ਦਾ ਮਨਿਸਟਰ ਧੱਕਾ ਕਰਦਾ ਹੈਗਾ, ਉਹ ਸਾਡੇ ਨੋਟਿਸ ਲਿਆਣਗੇ ਤੇ ਚੌਹਾਂ ਦੇ ਨੋਟਿਸ, ਔਰ ਅਸੀਂ ਇਸ ਟੀਮ ਵੱਲੋਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ, ਸਰਕਾਰ ਦੀ ਗੁੰਡਾ ਕਰਦੀ ਹੈਗੀ, ਜਿਹੜੇ ਪੈਸੇ ਤੇ ਸੱਤਾ ਦੇ ਨਸ਼ੇ ਚ ਚੂਰ ਨੇ, ਜਿਹਨਾਂ ਨੂੰ ਅੱਗੇ ਕੋਈ ਦਿਖਦਾ ਹੀ ਨੀ ਹੈਗਾ ਸਿਵਾਏ ਪੈਸੇ ਸੱਤਾ ਤੋਂ, ਜਿਹੜੇ ਉਸ ਮਗਰੂਰ ਨੇ, ਉਹਨਾਂ ਅਸੀਂ ਘਮੰਡ ਤੋੜਾਂਗੇ। ਔਰ ਇਹ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ, ਵਰਤਮਾਨ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ, ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਵਧੀਆ ਪ੍ਰਸ਼ਾਸਨ ਦੀ ਬੰਦਗੀ ਲੋਕੀ ਦੇਖ ਰਹੇ ਨੇ, ਅਸੀਂ ਹੰਡਾ ਰਹੇ ਹਾਂ, ਸਾਡੇ ਵਰਕਰ ਹੰਡਾ ਰਹੇ ਨੇ, ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ, ਨਾ ਸਿਰਫ ਆਪਣੇ ਵਰਕਰਾਂ ਵਾਸਤੇ ਬਲਕਿ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ, ਜਿਹੜੀ ਉਹਨਾਂ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ, ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋੜ ਤੋੜ ਕਰਨ ਦੀ, ਸਿਆਸੀ ਤੌਰ ਤੇ ਕਿਸੇ ਨਾਲ ਜੋੜਨ ਦੀ, ਜੋ ਉਹਦੀ ਆਜ਼ਾਦੀ ਹੈਗੀ ਹੈ, ਉਹ ਤੇ ਅਸੀਂ ਹਮਲਾ ਨਹੀਂ ਹੋਣ ਦੇਵਾਂਗੇ, ਉਹਨੂੰ ਭੰਗ ਨਹੀਂ ਹੋਣ ਦੇਵਾਂਗੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਜਿਹੜੀਆਂ ਰੀਸੈਂਟ ਘਟਨਾਵਾਂ ਵਾਪਰੀਆਂ ਨੇ ਉਹ ਸਾਡੇ ਹਲਕਾ ਇੰਚਾਰਜ ਔਰ ਜਿਹੜੇ ਖਾਸ ਤੌਰ ਤੇ ਇਸ ਕੰਮ ਇਸ ਪਿਛਲੇ 2-4 ਦਿਨਾਂ ਚ ਇਸ ਕੰਮ ਚ ਲੱਗੇ ਹੋਏ ਨੇ ਕਿ ਸਰਕਾਰ ਦੇ ਹਮਲੇ ਨੂੰ ਪਛਾੜਿਆ ਜਾਵੇ, ਉਹਨਾਂ ਨੂੰ ਨੰਗਾ ਕੀਤਾ ਜਾਵੇ, ਖਿਲਾਫ਼ ਲੜਿਆ ਜਾਵੇ। ਸਰ ਹੈਰੀਮਾਨ ਸਾਹਿਬ ਤੁਹਾਨੂੰ ਕੁਛ ਉਸ ਬਾਰੇ ਆਪਣਾ ਵਿਚਾਰ ਸਾਂਝੇ ਕਰ। ਦੇਖੋ ਉਹ ਜਿਹੜੀ ਵੀਡੀਓ ਵਾਲੀ ਗੱਲ ਹੈਗੀ ਹੈ, ਉਹ ਜੋ ਵੀ ਓਬਜੈਕਟਿਵ ਸਿਚੁਏਸ਼ਨ ਹੈਗੀ ਹੈ, ਜਿਹਨਾਂ ਨੇ ਵੀਡੀਓ ਜਿਵੇਂ ਵੀਡੀਓ ਆਈ ਹੈ, ਜਿਹਨਾਂ ਦੀ ਉਹ ਆਵਾਜ਼ ਹੈਗੀ ਹੈ, ਉਹ ਚਾਹੇ ਮੁੱਕਰਦੇ ਨੇ, ਮੈਂ ਕਹਿੰਦਾ ਕਿ ਉਹਦੀ ਸਾਈਬਰ ਕ੍ਰਾਈਮ ਦੇ ਕੇ ਉਹਦੀ ਫੋਰੈਂਸਿਕ ਜਾਂਚ ਕਰਾ ਲਓ, ਜੇ ਕਿਸੇ ਨੂੰ ਸੱਚਮੁੱਚ ਚੱਲ ਰਿਹਾ ਕਿ ਮੇਰੀ ਆਵਾਜ਼ ਨਹੀਂ ਹੈਗੀ ਹੈ। ਬਾਕੀ ਇਹ ਹਾਈਕਮਾਂਡ ਦਾ ਕੰਮ ਹੈਗਾ, ਹਾਈਕਮਾਂਡ ਨੂੰ ਸਾਰੀ ਰਿਪੋਰਟ ਕਰ ਦਿੱਤੀ ਗਈ ਹੈ, ਅਜੇ ਕਿਉਂਕਿ ਇਲੈਕਸ਼ਨ ਹੋ ਕੇ ਹਟੀਆਂ ਹੈਗੀਆਂ, ਹੋਰ ਬਹੁਤ ਕੁਛ ਅਜੇ ਮੁੱਦੇ, ਜਿਹੜੇ ਸਰਕਾਰ ਬਣ ਰਹੀ ਹੈ, ਸਰਕਾਰ ਕਮਜ਼ੋਰ ਹੋ ਰਹੀ ਹੈ, ਤਕੜੀ ਹੋ ਰਹੀ ਹੈ, ਉਹ ਇੱਕ ਲਗਾਤਾਰ ਹਲਚਲ ਜਾਰੀ ਹੈ ਦਿੱਲੀ ਵਿੱਚ। ਇਸ ਕਰਕੇ ਉਹ ਹਲਚਲ ਸੈਟਲ ਹੋਣ ਦੇ ਸਾਰ ਹੀ ਇਸ ਮੁੱਦੇ ਨੂੰ ਪ੍ਰਾਇਓਰਟੀ ਤੇ ਵਿਚਾਰਿਆ ਜਾਵੇਗਾ। ਔਰ ਜਿਹਨਾਂ ਲੋਕਾਂ ਨੇ ਉਹਨਾਂ ਨੇ ਗਾਂਧੀ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੇ ਕਾਂਗਰਸ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਰਾਹੁਲ ਗਾਂਧੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਇਸ ਵੇਲੇ ਪ੍ਰਤੀਕ ਬਣਿਆ ਹੈਗਾ ਮੋਦੀ ਦੇ ਪ੍ਰਤੀਰੋਧ ਦਾ, ਉਹਦੇ ਵਿਰੋਧ ਦਾ, ਇੱਕ ਆਸ ਦੀ ਕਿਰਨ ਹਿੰਦੁਸਤਾਨ ਜੋ ਇੱਕ ਸਿਆਸੀ ਅਸਮਾਨ ਤੇ ਜੋ ਦਿਖੀ ਹੈਗੀ ਹੈ, ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਸੋ ਇਹ ਬਹੁਤ ਸੀਰੀਅਸਲੀ ਲਿਆ ਜਾਊਗਾ, ਔਰ ਕਿਸੇ ਵੀ ਦੋਸ਼ੀ ਨੂੰ ਜਿਹਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਨਾ ਚੋਣਾਂ 'ਚ, ਜੇ ਇੱਕ ਇੱਕ ਸੀਟ ਸਾਡੇ ਵਾਸਤੇ ਇੰਪੋਰਟੈਂਟ ਸੀਗੀ, ਪਟਿਆਲਾ ਸੀਟ, ਜੇਕਰ ਜੇ ਥੋੜੀਆਂ ਆਪਣੀਆਂ ਕੋਸ਼ਿਸ਼ਾਂ 'ਚ ਕਾਮਯਾਬ ਹੋ ਜਾਂਦੇ, ਜਿਹਦੀ ਕਿ ਇਹਨਾਂ ਨੂੰ ਕੁਛ ਅੰਸ਼ਕ ਕਾਮਯਾਬੀ ਮਿਲੀ ਵੀ ਹੈਗੀ ਹੈ, ਤਾਂ ਇਹ ਸੀਟ ਆਪਾਂ ਹਾਰ ਸਕਦੇ ਸੀ, ਇਹ ਸੀਟ ਭਾਜਪਾ ਦੀ ਗੋਦੀ ਜਾ ਸਕਦੀ ਸੀਗੀ, ਇਹ ਕਾਂਗਰਸ ਵਰਕਰਾਂ ਦਾ ਸਾਡੇ ਇਲਾਕਾ ਇੰਚਾਰਜ ਸਾਹਿਬਾਨ ਦੀ ਬਹੁਤ ਮਿਹਨਤ ਦਾ ਨਤੀਜਾ ਹੈਗਾ, ਇਹਨਾਂ ਦੀਆਂ ਜਿਹੜੀਆਂ ਇਹਨਾਂ ਇਹਨਾਂ ਦੀਆਂ ਸਾਜ਼ਿਸ਼ਾਂ ਸੀਗੀਆਂ ਉਹਨੂੰ ਬੋਲਣੀ ਪਿਆ, ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ, ਔਰ ਇਹ ਬੇਸ਼ਰਮ ਹੋ ਕੇ ਅੱਜ ਆਪਣੇ ਜਿਹੜੇ ਬੋਲ ਹੈਗੇ ਉਹਨਾਂ ਤੋਂ ਮੁੱਕ ਰਹੇ ਨੇ, ਔਰ ਇਹ ਅੱਜ ਮਤਲਬ ਇਹ ਅਪਰ ਕਾਂਗਰਸ ਪਾਰਟੀ ਇਹਨਾਂ ਨੂੰ ਬਖਸ਼ੂਗੀ ਨਹੀਂ, ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਊਗਾ। ਬਿਲਕੁਲ, ਦੇਖੋ ਨਸ਼ਾ ਜਿਸ ਪੱਧਰ ਤੇ ਵਿਕ ਰਿਹਾ ਹੈਗਾ ਹੈ, ਇਸ ਵੱਡੀ ਪੱਧਰ ਦੇ ਨਸ਼ਾ ਬਗੈਰ ਰਾਜ ਸਰਕਾਰ ਦੀ ਤੇ ਬਗੈਰ ਪੁਲਿਸ ਤੰਤਰ ਦੀ ਸ਼ਹਿ ਤੇ ਸਹਿਮਤੀ ਤੋਂ ਬਗੈਰ ਤੇ ਹੋ ਹੀ ਨਹੀਂ ਸਕਦਾ। ਜੇ ਸਰਕਾਰ ਚਾਹੇ ਤਾਂ ਬਿਲਕੁਲ ਵਿਧਾਇਕਾਂ ਦੀ ਇਨਵੋਲਵਮੈਂਟ ਹੈ, ਪੁਲਿਸ ਦੇ ਸਾਰੇ ਨਹੀਂ, ਕੁਛ ਦੇ ਕੋਲ ਜਿਹੜੀਆਂ ਕਾਲੀਆਂ ਭੇਡਾਂ ਨੇ ਪੁਲਿਸ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ, ਉਸ ਤੋਂ ਬਗੈਰ ਨਸ਼ਾ ਇੰਨਾ ਵੱਡੀ ਪੱਧਰ ਤੇ ਵਿਕੇ ਨਹੀਂ ਸਕਦਾ। ਇੱਕਾ ਦੁੱਕਾ ਕੇਸ ਹੋ ਸਕਦੇ ਹੈਗੇ, ਪਰ ਜਿੱਦਾਂ ਬੜਾ ਨੈਟਵਰਕ ਓਪਰੇਟਿਵ ਹੈਗਾ ਹੈ, ਔਰ ਜੋ ਜੇ ਇਹਨਾਂ ਦੇ ਆਪਣੇ ਇਹਨਾਂ ਦੇ ਇੱਕ ਬੜੇ ਬਹੁਤ ਇੰਪੋਰਟੈਂਟ MLA ਨੇ ਆਪਣਾ ਅੰਮ੍ਰਿਤਸਰ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੇ ਕਿਹਾ ਜਿਹੜਾ ਮੇਰੇ ਹਲਕੇ 'ਚ ਨਸ਼ਾ ਵਿਕ ਰਿਹਾ ਉਹ ਜਿਹੜਾ ਚੱਡਾ ਹੈਗਾ, ਜਿਹੜਾ ਦਿੱਲੀ ਤੋਂ ਮਤਲਬ ਇਹਨਾਂ ਦਾ ਪੰਜਾਬ ਤੋਂ MP ਚੁਣਿਆ ਗਿਆ ਰਾਜ ਸਭਾ ਦਾ ਰਾਘਵ ਚੱਡਾ, ਉਹਦੇ ਦੁਆਰਾ ਮਨੋਨੀਤ ਜਾਂ ਅਪੁਆਇੰਟ ਕੀਤੇ ਹੋਏ ਇੱਕ SSP ਦੀ ਨਿਗਰਾਨੀ ਹੇਠ ਨਸ਼ਾ ਵਿਕ ਰਿਹਾ ਹੈਗਾ। ਇੰਨਾ ਸਿੱਧਾ ਇਲਜ਼ਾਮ ਉਹਨਾਂ ਦੇ ਖੋਣੇ MLA ਨੇ ਅੰਮ੍ਰਿਤਸਰ ਤੋਂ, ਉਹਨੇ ਵੀ ਇਲਜ਼ਾਮ ਲਾਏ, ਬਾਅਦ ਚਾਹੇ ਡਰਾ ਧਮਕਾ ਕੇ ਜਾਂ ਪੁਚਕਾਰ ਕੇ ਉਹਨੂੰ
ਵਾਪਸ ਉਹਨੂੰ ਆਪਣੇ ਉਹਨੇ ਬਿਆਨਾਂ ਨੂੰ ਵਾਪਸ ਕੀਤਾ ਗਿਆ ਹੈਗਾ, ਪਰ ਇਹ ਸਲੀਟ ਹੈਗੀ ਇਹਨਾਂ ਦੇ ਆਪਣੀ ਪਾਰਟੀ ਜਿਸ ਬਾਰੇ ਬਗਾਵਤ ਉੱਠ ਰਹੀ ਹੈ ਜਾਂ ਵਿਰੋਧੀ ਸੁਰਾਂ ਉੱਠ ਰਹੀਆਂ ਨੇ, ਜੋ ਮਤਲਬ ਆਪਾਂ ਦਿਨ ਪਰ ਦਿਨ ਦੇਖ ਰਹੇ ਹੈਗੇ ਜੀ। ਸੋ ਬਗੈਰ ਸਰਕਾਰ ਦੀ, ਬਗੈਰ ਪੁਲਿਸ ਦੀ, ਸ਼ਹਿਰ ਤੋਂ ਇਹਦੀ ਮੂਲੀ ਮਿਲੀ ਭੁਗਤ ਤੋਂ ਬਗੈਰ ਪੰਜਾਬ ਚ ਐਡੇ ਵੱਡਾ ਨਸ਼ੇ ਦਾ ਕਾਰੋਬਾਰ, ਅਰਬਾਂ ਖਰਬਾਂ ਰੁਪਏ ਦਾ ਕਾਰੋਬਾਰ ਨਹੀਂ ਹੋ ਸਕਦਾ ਜੀ। ਹਾਂਜੀ, ਹਾਂ, ਉਹਨਾਂ ਨੂੰ ਜਿੱਥੇ ਵੀ ਵਾਰਡ ਚ, ਰਿੰਦਰਾ ਵਾਰਡ ਸਾਰਾ ਏਅਰ ਕੰਡੀਸ਼ਨ ਤਾਂ ਹੈ ਨੀ, ਉਹਦੇ ਕੁਛ ਵਾਰਡ ਜਿਹੜੇ ਨਵਾਂ ਗੁਰੂ ਨਾਨਕ ਹੋਸਪਿਟਲ ਬਣਿਆ ਉਹ ਏਅਰ ਕੰਡੀਸ਼ਨ ਹੈ ਜਾਂ ਜੂਰੋਲੋਜੀ ਡਿਪਾਰਟਮੈਂਟ ਏਅਰ ਕੰਡੀਸ਼ਨ ਹੈ। ਜਿਹੜੇ ਵੀ ਬਿਮਾਰ, ਜਿਹੜੇ ਵੀ ਵਾਰਡ ਏਅਰ ਕੰਡੀਸ਼ਨ ਹੈ ਉਹਨੂੰ ਉਹੀ ਬਿਮਾਰੀ ਲੱਗ ਜਾਂਦੀ ਹੈਗੀ ਹੈ। ਪਹਿਲਾਂ ਉਹਨੂੰ ਹਾਰਟ ਦੀ ਬਿਮਾਰੀ ਸੀਗੀ, ਹੁਣ ਉਹਨੂੰ ਦੂਦਾਂ ਦੀ ਬਿਮਾਰੀ ਹੋ ਗਈ ਹੈ। ਪਹਿਲਾਂ ਉਹ ਹਾਰਟ ਵਾਲੇ ਡਿਪਾਰਟਮੈਂਟ ਰਿਹਾ ਦਾਖਲ ਮਹੀਨਾ, ਹੁਣ ਉਹ ਇੱਕ ਦਿਨ ਵਾਸਤੇ ਜੇਲ੍ਹ ਗਿਆ, ਮੁੜ ਕੇ ਫਿਰ ਭਗਵੰਤ ਮਾਨ ਦੀ ਸਰਕਾਰ ਦੀ ਸਿਫਾਰਿਸ਼ ਤੇ ਜਾਂ ਉਹਦੀ ਮਤਲਬ ਸਾਜਿਸ਼ ਨਾਲ ਉਹ ਮੁੜ ਕੇ ਹੁਣ ਦੂਜੇ ਡਿਪਾਰਟਮੈਂਟ ਜਾ ਕੇ ਦਾਖਲ ਹੋ ਗਿਆ। ਜੇ ਆਮ ਲੋਕਾਂ ਵਾਸਤੇ ਜੇਲ੍ਹ ਹੈਗਾ ਤਾਂ ਇਹਦੇ ਵਾਸਤੇ ਮਿਨਿਸਟਰਾਂ ਵਾਸਤੇ ਜੇਲ੍ਹ ਕਿਉਂ ਨਹੀਂ ਹੈਗੀ? ਕਿਉਂ ਇਹਨਾਂ ਨੂੰ ਏਦਾਂ ਦੀ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਕਿ ਇਹਨਾਂ ਨੂੰ ਬਿਮਾਰੀ ਦੇ ਨਾਂ ਤੇ ਇਹਨਾਂ ਦੀ ਆਰਾਮ ਭਰਾ ਜ਼ਿੰਦਗੀ ਇਹਨਾਂ ਦੀ ਬਿਤਾਈ ਜਾ ਰਹੀ ਹੈ ਜੀ। ਅੱਜ ਅਸੀਂ ਵਾਰਨਿੰਗ ਦੇ ਦਿੱਤੀ, ਅਸੀਂ ਸੜਕਾਂ ਦੇ ਬੰਦੇ ਆ ਔਰ ਅਸੀਂ 27 ਤੱਕ ਸੜਕਾਂ ਤੇ ਰਵਾਂਗੇ, ਸਾਡੀ ਕੇਂਦਰੀ ਲੀਡਰਸ਼ਿਪ ਵੀ ਔਰ ਸਾਡੀ ਪੰਜਾਬ ਦੀ ਲੀਡਰਸ਼ਿਪ ਵੀ। ਸਾਡੇ ਵਾਸਤੇ 27 ਚੁਣੌਤੀ ਹੈ ਅੱਜ ਦਾ ਜੋ ਪੰਜਾਬ ਹੈ ਉਹ ਚੁਣੌਤੀ ਹੈ। ਇਸ ਪੰਜਾਬ ਨੂੰ ਹੋਰ ਕਰਕੋਣ ਤੋਂ ਬਚਾਉਣਾ ਹੈਗਾ ਤੇ 27 ਵਿੱਚ ਨਵਾਂ ਪੰਜਾਬ, ਨਵੀਂ ਕਾਂਗਰਸ, ਨਵੇਂ ਆਈਡੀਆ ਜਾਂ ਨਵਾਂ ਮਤਲਬ ਜਿਹੜਾ ਦੇਸ਼ ਪੰਜਾਬ ਹੈ ਉਹਨੂੰ ਅਸੀਂ ਬਣਾਉਣਾ ਹੈਗਾ। ਉਹਦੇ ਵਾਸਤੇ ਸਾਡੀ ਤਿਆਰੀ ਅੱਜ ਤੋਂ ਸ਼ੁਰੂ ਹੈਗੀ ਹੈ। ਅਸੀਂ ਅੱਜ ਵਕੀਲਾਂ ਦੀ ਟੀਮ ਬਣਾਉਣ ਲੱਗੇ ਹਾਂ ਜੀ, ਜਿਹੜੀ ਹਰ ਹਲਕੇ ਚੋਂ ਜਦੋਂ ਵੀ ਕੇਸ ਆਊਗਾ ਸਾਡੀ ਤਿੰਨਾਂ ਵਕੀਲਾਂ ਟੀਮ ਨੂੰ ਟੇਕ ਅਪ ਕਰੂਗੀ। ਲੀਗਲ ਟੀਮ ਅਸੀਂ ਹੁਣੇ ਬਣਾ ਕੇ ਉੱਠਾਂਗੇ ਜੀ। ਹੈਂਜੀ, ਸਰਟਨਲੀ ਸਰਟਨਲੀ, ਜਿਹੜਾ ਵੀ ਸਾਨੂੰ ਕਲਪਟ ਲੱਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਪਲੱਸ ਪ੍ਰਸ਼ਾਸਨ ਪ੍ਰੈਸ਼ਰ ਪਾਉਣ ਲਈ ਅਸੀਂ ਸੜਕਾਂ ਦੇ ਬੰਦੇ ਆ, ਸੜਕਾਂ ਤੇ ਨਿਤਰਾਂਗੇ। ਅਸੀਂ ਹੁਣ ਚੈਨ ਨਾਲ ਨਹੀਂ ਬੈਠਦੇ ਔਰ ਤਾਂ ਹੀ ਅਸੀਂ ਅੱਜ ਤੇ ਚਾਰੇ ਦੋਸਤ ਇਕੱਠੇ ਹੋਏ, ਚਾਹੇ ਚਾਰੇ ਭਰਾ ਇਕੱਠੇ ਹੋਏ ਆ ਕਿ ਅਸੀਂ ਇਸ ਜਿਹੜੀਆਂ ਸਾਨੂੰ ਸਮੱਸਿਆਵਾਂ ਖੜੀਆਂ ਕੀਤੀਆਂ ਸਾਡੀ ਪਾਰਟੀ ਵਾਸਤੇ, ਸਾਡੇ ਵਰਕਰਾਂ ਵਾਸਤੇ, ਉਹਨੂੰ ਅਸੀਂ ਸੁੱਤੇ ਨਹੀਂ ਲਵਾਂਗੇ, ਅਸੀਂ ਆਰਾਮ ਨਾਲ ਨਹੀਂ ਲਵਾਂਗੇ। ਅਸੀਂ ਇਹਨੂੰ ਲੜਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਆਪਣੀਆਂ ਜਿਹੜੀ ਕੁਝ ਜਿਹੀਆਂ ਹਰਕਤਾਂ ਉਹਨਾਂ ਤੋਂ ਬਾਜ਼ ਆਵੇ ਤੇ ਕਾਨੂੰਨ ਦਾ ਰਾਹ ਸਾਬਤ ਕਰੇ। ਮੈਂ ਅੱਜੇ ਚਿੱਠੀ ਲਿਖੀ ਹੈ ਜੀ, ਸਰਕਾਰ ਨੂੰ ਲਿਖੀ ਹੈ, ਡਰੇਨ ਡਿਪਾਰਟਮੈਂਟ ਲਿਖੀ ਹੈ, ਡੀਸੀ ਨੂੰ ਲਿਖੀ ਹੈ ਕਿ ਇਹ ਜਿਹੜੀ ਹੈ ਬੜੀ ਨਦੀ ਹੈਗੀ ਹੈ, ਇਹਦੇ ਕਰਕੇ ਪਿਛਲੀ ਕਿੰਨੀ ਤਬਾਹੀ ਹੋਈ ਹੈਗੀ, ਲੋਕਾਂ ਦੇ ਮਨਾਂ 'ਚ ਵੀ ਦਹਿਸ਼ਤ ਹੈਗੀ, ਲੋਕੀ ਰਾਤ ਨੂੰ ਅੱਪੜਵਾਏ ਉੱਠਦੇ ਨੇ ਕਿ ਹੁਣ ਵੀ ਹੜ ਆਇਆ, ਹੁਣ ਵੀ ਇੱਕ ਲਗਾਤਾਰ ਇੱਕ ਫੋਬੀਆ ਬਣ ਗਿਆ ਹੜ। ਸੋ ਉਹਦਾ ਇੰਤਜ਼ਾਮ ਪੱਕਾ ਕਰਨ ਵਾਸਤੇ ਉਹਦੇ ਵਾਸਤੇ ਜਿਹੜੀ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਔਰ ਇਹਦਾ ਪੱਕਾ ਹੱਲ ਕਰਨ ਵਾਲਾ ਜਿਹੜਾ ਬੰਨਾ ਹੈਗਾ ਅਰਬਨ ਸਟੇਟ 2 ਵਾਲੇ ਪਾਸੇ ਉਹਨੂੰ ਮਜ਼ਬੂਤੀ ਬਖਸ਼ੀ ਜਾਵੇ ਔਰ ਇਹਦੀ ਪੂਰੀ ਸਾਇੰਟਿਫਿਕ ਪਲੈਨਿੰਗ ਕਰਕੇ ਇਹਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਕਿ ਲੋਕਾਂ 'ਚ ਜੋ ਦਹਿਸ਼ਤ ਪੈ ਚੁੱਕੀ ਹੈਗੀ ਉਹ ਖਤਮ ਹੋਵੇ। ਦੇਖੋ ਮੇਰਾ ਹੈਗਾ NDPS ਅਮੈਂਡਮੈਂਟ ਐਕਟ, ਲੋਕਾਂ ਨੇ ਉਹਨੂੰ ਚਾਹੇ ਵਧਾ ਲੈਣ ਕਿ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ, ਮੈਂ ਹੋਰ ਅਪਰਾਧ ਬਹੁਤ ਸ਼ਰਾਬ ਪੀ ਕੇ ਹੁੰਦੇ ਹੈਗੇ, ਉੱਧਰ ਕੋਈ ਸਰਕਾਰ ਦਾ ਧਿਆਨ ਨਹੀਂ ਕਿਉਂਕਿ ਤਿੰਨ ਵਿੱਚ ਸਟੇਕ ਹੋਲਡਰ ਹੈਗੇ ਆ, ਇੱਕ ਜਿੱਥੇ ਸ਼ਰਾਬ ਬਣਦੀ ਹੈ ਜਿਨ ਡਿਸਟਿਲਰੀਆਂ ਹੈਗੀਆਂ, ਦੂਜਾ ਦੇ ਵੱਡੇ ਪੌਂਟੀ ਚੱਡਾ ਵਰਗੇ, ਹੁਣ ਤਾਂ ਧਰਤੀ ਦੇ ਹੈ ਨਹੀਂ ਉਹ ਵਿਚਾਰੇ, ਉਹਨਾਂ ਦੇ ਵਰਗੇ ਵੱਡੇ ਠੇਕੇਦਾਰ, ਤੀਜਾ ਸਰਕਾਰ ਖੁਦ ਕਮਾਈ ਕਰਦੀ ਸ਼ਰਾਬ ਦੇ ਕਾਰੋਬਾਰ ਚੋਂ ਐਕਸਾਈਜ਼ ਲੈ ਕੇ। ਸੋ ਕਿਉਂਕਿ ਤਿੰਨ ਵੱਡੇ ਸਟੇਕ ਹੋਲਡਰ ਹੈ, ਉੱਧਰ ਕੋਈ ਧਿਆਨ ਨਹੀਂ ਹੈਗਾ, ਬਾਕੀ ਫੀ ਭੁੱਕੀ ਵਾਲੇ ਗਰੀਬ ਦੇ ਬੰਦੇ ਉਹਨਾਂ ਨੂੰ ਮਤਲਬ ਚੁੱਕੇ, ਅਜੇ ਵੀ 24,000 ਬੰਦਾ ਕੋਟੇ ਲੱਗੇ ਹੋਏ DSSPਆਂ ਦੇ ਕਿ ਤੁਸੀਂ ਇਸ ਮਹੀਨੇ ਫੀ ਭੁੱਕੀ ਵਾਲੇ ਨੇ ਫੜਨੇ ਹੀ ਫੜਨੇ ਹੈਗੇ, ਜਿਹੜੀ ਕਿ ਉਹ ਅਪਰਾਧੀ ਹੈ ਨੀ, ਉਹ ਬਿਮਾਰ ਨੇ, ਉਹਨਾਂ ਦਾ ਬਤੌਰ ਬਿਮਾਰ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨੂੰ ਮੁਕੰਮਲ ਨਸ਼ਾ ਮੁਕਤ ਕਰਨ ਵੱਲ ਨਹੀਂ ਵੱਧਦੇ ਵੱਖ ਵੱਖ ਤਰੀਕਿਆਂ ਨਾਲ, ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਨੂੰ ਸਪਲਾਈ ਹੋਣੀ ਚਾਹੀਦੀ, ਜਿਸ ਤਰ੍ਹਾਂ ਦੁਨੀਆਂ ਦੇ 40 ਮੁਲਕਾਂ ਨੇ ਆਪਣੇ ਜਿਹੜੇ ਕਾਨੂੰਨ ਸੀਗੇ, ਜਿਹੜੇ ਡਰੱਗ ਲਾਅ ਸੀਗੇ ਉਹ ਚੇਂਜ ਕਰ ਲਏ
ਇਸ ਵੇਲੇ ਭੰਗ ਸਮੱਸਿਆ ਸੀ ਸਾਰੇ ਯੂਰਪ ਤੇ ਕੈਨੇਡਾ ਤੇ ਨਾਰਥ ਅਮਰੀਕਾ, ਅੱਜ ਭੰਗ ਉੱਥੇ ਖੁੱਲੀ ਮਿਲਦੀ ਹੈਗੀ ਹੈ। ਭੰਗ ਦੀਆਂ ਕਾਫੀਆਂ ਨੇ, ਭੰਗ ਦੀਆਂ ਟੋਫੀਆਂ ਨੇ, ਭੰਗ ਦੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ 500 ਔਰ ਕਿੰਨੇ ਗ੍ਰਾਮ ਭੰਗ, 30 ਗ੍ਰਾਮ ਭੰਗ ਲੈ ਕੇ ਬੰਦਾ ਜੇਬ ਪਾ ਕੇ ਤੁਰ ਫਿਰ ਸਕਦਾ ਆਪਣੀ ਵਰਤੋਂ ਵਾਸਤੇ। ਇਹ ਵੀ ਕਹਿਤਾ ਅਮਰੀਕਾ ਨੇ ਕਿ 5 ਤੋਂ ਲੈ ਕੇ 35 ਬੂਟੇ ਆਪਣੇ ਘਰ ਦੇ ਪਿਛਵਾੜੇ ਚ ਭੰਗ ਦੇ ਬੰਦਾ ਲਾ ਸਕਦਾ ਆਪਣੀ ਨਿੱਜੀ ਵਰਤੋਂ ਵਾਸਤੇ। ਸੋ ਮੈਂ ਸੁਜੈਸਟ ਕੀਤਾ ਪੰਜਾਬ ਸਰਕਾਰ ਦਾ ਕਿ ਇੱਦਾਂ ਦੀ ਆਪਣੀ ਡਰਗ ਪਾਲਿਸੀ ਹੈ ਇਹ ਪੁਨਿਟਿਵ ਨਾ ਹੋਵੇ, ਸਜ਼ਾ ਵਾਲੀ ਨਾ ਹੋਵੇ, ਇਹ ਸਹਿਯੋਗ ਵਾਲੀ ਹੋਵੇ, ਮਦਦ ਵਾਲੀ ਹੋਵੇ। ਤੇ ਇਹਨਾਂ ਨੇ ਡੰਡੇ ਨਾਲ ਨਸ਼ੇ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਲੈਂਡ ਆਰਡਰ ਪ੍ਰੋਬਲਮ ਹੈ ਹੀ ਨਹੀਂ, ਇਹ ਪ੍ਰੋਬਲਮ ਹੈਗੀ ਹੈ ਸਮਾਜ ਦੀ ਪ੍ਰੋਬਲਮ ਹੈ, ਨਸ਼ਿਆਂ ਦੀ ਪ੍ਰੋਬਲਮ, ਬਹੁਤ ਮਲਟੀ ਐਂਗਲ ਪ੍ਰੋਬਲਮ ਹੈਗੀ, ਉਹਨੂੰ ਹਰ ਇੱਕ ਨੂੰ ਟੱਚ ਕਰਨਾ ਚਾਹੀਦਾ। ਔਰ ਜਿਹੜਾ ਨਸ਼ਾ ਕਾਨੂੰਨ ਹੈਗਾ, NDPS ਬਿੱਲ ਹੈਗਾ ਹੈ, ਉਹਨੂੰ ਬਦਲਣਾ ਚਾਹੀਦਾ। ਕਿਉਂਕਿ ਮੈਂ ਮਹਿਸੂਸ ਕਰ ਰਿਹਾ, ਮੇਰੀ ਗੱਲ ਧਿਆਨ ਨਾਲ ਸੁਣਿਓ, ਕਿ ਟੈਰਰਿਜ਼ਮ ਵੇਲੇ ਇੱਕ ਹਥਿਆਰ ਸੀ ਪੁਲਿਸ ਕੋਲ ਕਿ ਮੁੰਡਾ ਚੁੱਕ ਲਿਆ, ਕਹ ਦੇ 5 ਰੱਖ ਦਿਓ ਨਹੀਂ ਮੁੰਡਾ ਸਵੇਰ ਨੂੰ ਮਾਰ ਦੇਵਾਂਗੇ, ਔਰ ਲੋਕਾਂ ਨੇ ਵੱਡੀ ਅਗਰਾਹੀ ਕੀਤੀ ਹੈ। NDPS ਐਕਟ ਜਾਣ ਤੋਂ ਉਦੋਂ ਟੈਰਰਿਜ਼ਮ ਖਤਮ ਹੋਣ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਹੈ ਪੁਲਿਸ ਕੋਲ ਉਹ ਹੈਗਾ NDPS ਐਕਟ, ਕਿ ਥੋੜੀ ਫੀ ਭੁੱਕੀ ਪਾਈ ਨਿਸ਼ਚਿਤ ਮਾਤਰਾ ਤੋਂ ਬਾਅਦ, ਤੇ ਕਿਹਾ 10 ਸਾਲ ਦੀ ਕੈਦ ਹੈ ਇੱਕ ਵਾਰ ਦੀ, ਦੁਬਾਰਾ ਕਰੇ 20 ਸਾਲ ਦੀ ਕੈਦ ਹੈ, ਉਮਰ ਕੈਦ ਹੈਗੀ ਹੈ, ਇੰਨਾ ਸਖ਼ਤ ਕਾਨੂੰਨ ਹੈਗਾ। ਉਹ ਕਾਨੂੰਨ ਬਦਲਣਾ ਹੈਗਾ ਤਾਂ ਕਿ ਲੋਕੀ ਜਿਹੜੇ ਮਾੜੇ ਨਸ਼ੇ ਹੈ ਡਰਦੇ ਹੋਏ, ਉਹ ਜਿਹੜੇ ਫੀ ਭੁੱਕੀ ਉਹ ਡਰਦੇ ਹੋਏ ਮਾੜੇ ਨਸ਼ੇ ਵੱਲ ਨਾ ਜਾਣ। ਉਹ ਮਹਿੰਗੇ ਹੋਣ ਕਰਕੇ ਮਾੜੇ ਨਸ਼ੇ ਲੈ ਰਹੇ ਹੈ, ਕੈਮੀਕਲ ਨਸ਼ੇ ਹੈ, ਮੈਡੀਕਲ ਨਸ਼ੇ ਹੈ, ਸਿੰਥੈਟਿਕ ਨਸ਼ੇ ਹੈਗੇ, ਉਹਨੂੰ ਬਚਾਉਣ ਵਾਸਤੇ ਲੋਕਾਂ ਨੂੰ, ਜਿਵੇਂ ਅਮਰੀਕਾ ਨਾਲ ਭੰਗ ਖੋਲੀ ਹੈਗੀ, ਜਿਵੇਂ ਕੈਨੇਡਾ ਨਾਲ ਭੰਗ ਖੋਲੀ ਹੈਗੀ, ਦੁਨੀਆਂ ਦੇ 40 ਮੁਲਕਾਂ ਨੇ ਆਪਣੇ ਨਸ਼ੇ ਜਿਹੜੇ ਸੌਫਟ ਨਸ਼ੇ ਸੀਗੇ ਉਹ ਉਹਨਾਂ ਲਿਬਰਲਾਈਜ਼ ਕੀਤਾ ਹੈਗਾ। ਸੋ ਮੈਂ ਪੰਜਾਬ ਸਰਕਾਰ ਕੋਲ ਵੀ, ਇੰਡੀਆ ਸਰਕਾਰ ਕੋਲ ਮੰਗ ਕੀਤੀ ਸੀਗੀ, ਮੈਂ ਕਾਨੂੰਨ ਪੇਸ਼ ਕੀਤਾ ਸੀ NDPS ਅਮੈਂਡਮੈਂਟ ਬਿੱਲ, ਉਹ ਪਾਰਲੀਮੈਂਟ ਨੇ ਐਕਸੈਪਟ ਕੀਤਾ ਕਿ ਬਿਲਕੁਲ ਸਹੀ ਕਾਨੂੰਨ ਹੈ, ਉਹ ਬਹਿਸ ਵਾਸਤੇ ਨਹੀਂ ਲੱਗਿਆ ਕੋਈ ਪਾਸ ਹੋਣਾ ਜਾਂ ਨਹੀਂ ਪਾਸ ਹੋਣਾ, ਉਹ ਅਲੱਗ ਵਿਸ਼ਾ ਸੀਗਾ। ਮੈਂ ਆਪਣੇ ਕਾਨੂੰਨ ਨੂੰ ਫਿਰ ਰਿਵਾਈਵ ਕਰੂੰਗਾ, ਜਿਉਂਦਾ ਕਰੂੰਗਾ, ਇਹ ਨਹੀਂ ਕਿ ਮੈਂ ਪੰਜਾਬ ਨਸ਼ੇ ਲਾਉਣਾ ਹੈਗਾ, ਪਰ ਪੰਜਾਬ ਨਸ਼ੇ ਕੱਢਣਾ ਹੈਗਾ ਤਾਂ ਇੱਕ ਰਸਤਾ ਮੇਰੇ ਵਾਲੇ ਵਿਚਾਰਿਆ ਜਾਣਾ ਚਾਹੀਦਾ। ਬਹੁਤ ਸਾਰੇ ਪੰਜਾਬ ਚ ਹੀ ਹਾਲ ਹੈ, ਸਾਰੇ ਪੰਜਾਬ ਹੁਣੇ ਮੇਰੇ ਕੁਛ ਤਰਾਣੇ ਹਲਕੇ ਦੇ ਬੰਦੇ ਆਏ ਸੀਗੇ, ਕਹਿੰਦੇ ਜੀ ਰੋਜ਼ ਚੋਰੀਆਂ ਹੋ ਰਹੀਆਂ, ਰੋਜ਼ ਚੋਰੀਆਂ, ਸ਼ਰੇਆਮ ਗਹਿਣੇ ਸੋਨਾ ਚੁੱਕਦੇ ਨੇ, ਸੋਨਾ ਚੋਰੀ ਕਰਦੇ ਨੇ, ਇੱਕ ਇੱਕ ਰਾਤ 6-6 ਚੋਰੀਆਂ ਹੋ ਰਹੀਆਂ ਨੇ। ਅਮਨ ਕਾਨੂੰਨ ਦਾ ਤੇ ਲਾ ਐਂਡ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਪੰਜਾਬ ਵਿੱਚ, ਔਰ ਇਹੀ ਕਾਰਨ ਹੈ ਕਿ ਫਰੌਤੀਆਂ ਦੀ ਗੱਲ ਜਾਂ ਮਰਡਰ ਦੀ ਗੱਲ, ਚਾਹੇ ਸਿੱਧੂ ਮੂਸੇਵਾਲ ਤੋਂ ਲੈ ਕੇ ਹੁਣ ਤੱਕ ਕਿੰਨੇ ਮਰਡਰ ਪਲੇਅਰਾਂ ਦੇ ਹੋ ਚੁੱਕੇ ਹੈਗੇ ਆ, ਬੈਂਕ ਡਕੈਤੀਆਂ ਹੋ ਚੁੱਕੀਆਂ ਹੈਗੀਆਂ, ਔਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਜੀ। ਹਾਂਜੀ, ਨਹੀਂ ਦੇਖੋ, ਉਹਦੀ ਹੈਲਪ ਤੁਹਾਨੂੰ ਬਾਕੀ ਉਸ ਤਰ੍ਹਾਂ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਉਹ ਜਿਹੜੀ ਪਿੰਕ ਬੁੱਕ ਹੈਗੀ ਹੈ ਰੇਲਵੇ ਦੀ, ਪ੍ਰੋਜੈਕਟ ਪਾਸ ਹੋਣ ਦੀ, ਉਹਦਾ ਹਿੱਸਾ ਹੈ। ਸਨ 18 ਦੀ ਪਿੰਕ ਬੁੱਕ 'ਚ ਚੰਡੀਗੜ੍ਹ ਰਾਜਪੁਰਾ ਰੇਲ ਲਿੰਕ ਮਨਜ਼ੂਰ ਹੋ ਚੁੱਕਿਆ, ਰੇਲਵੇ ਡਿਪਾਰਟਮੈਂਟ ਨੇ, ਇੰਡੀਅਨ ਗਵਰਨਮੈਂਟ ਨੇ, ਪਾਰਲੀਮੈਂਟ ਨੇ ਪਾਸ ਕਰ ਦਿੱਤਾ ਉਹ। ਸੋ ਉੱਥੇ ਮੈਨੂੰ ਮਨਜ਼ੂਰੀ ਦੀ ਲੋੜ ਨਹੀਂ ਹੈਗੀ ਹੈ, ਲੋੜ ਹੈਗੀ ਹੈ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਉਣ ਦੀ, ਜਿਹੜਾ ਮੈਂ ਰਾਜਪੁਰ ਤੋਂ ਲੈ ਕੇ ਰੂਟ ਦੇ ਨਾਲ ਨਾਲ ਚੰਡੀਗੜ੍ਹ ਨੂੰ ਅਸੀਂ ਟਰੈਕਟਰ ਮਾਰਚ ਕੱਢਣ ਲੱਗਿਆ ਥੋੜੇ ਚਿਰ ਤੱਕ, ਤਾਂ ਕਿ ਸਰਕਾਰ ਨੂੰ ਚੇਤਾ ਕਰਾਇਆ ਜਾ ਸਕੇ ਕਿ 42 ਏਕੜ ਜ਼ਮੀਨ ਹੈ, 76 ਕਰੋੜ ਦੀ ਜ਼ਮੀਨ ਹੈ, ਬੁਰਜੀਆਂ ਲੱਗ ਚੁੱਕੀਆਂ, ਕਿੱਥੇ ਸਟੇਸ਼ਨ ਬਣਨਾ ਸਾਰੀ ਨਿਸ਼ਾਨਦੇਹੀ ਹੋ ਚੁੱਕੀ ਹੈ, ਰਾਜਪੁਰ ਤੋਂ ਨਲਾਸ ਤੱਕ ਲਾਈਨ ਪਹਿਲਾਂ ਹੀ ਹੈਗੀ ਹੈ, ਨਲਾਸ ਤੋਂ ਸਨੇਟਾ ਪਿੰਡ ਹੈ ਆਊਟਸਕਰਟਸ ਮੋਹਾਲੀ ਦੇ, ਉਹ ਸਿਰਫ 16 ਕਿਲੋਮੀਟਰ ਦਾ ਜਿਹੜਾ ਟੋਟਾ ਹੈਗਾ ਉਹ ਬਣਨਾ ਹੈਗਾ, ਉਹਦੇ ਵਾਸਤੇ ਪੰਜਾਬ ਸਰਕਾਰ 76 ਕਰੋੜ ਰੁਪਇਆ ਨਹੀਂ ਦੇ ਰਹੀ, ਜਦਕਿ ਇਸ਼ਤਿਹਾਰਾਂ ਉੱਤੇ 1000 ਕਰੋੜ ਤੋਂ ਉੱਪਰ ਰੁਪਇਆ ਹੁਣ ਤੱਕ ਲਾ ਚੁੱਕੀ ਹੈਗੀ। ਜੇ ਹਾਂਜੀ ਨਹੀਂ, ਅਸੀਂ ਕੰਪਲੇਂਟ ਕੀਤੀ ਕੱਲ, ਮੈਂ SSP ਨਾਲ ਗੱਲ ਕੀਤੀ ਹੈ ਜੀ, ਰਿਟਨ ਕੰਪਲੇਂਟ ਕੀਤੀ ਹੈ, ਕੱਲ ਬਾਈ ਹੈਂਡ ਵੀ ਕੰਪਲੇਂਟ ਦੇ ਕੇ ਆਏ ਹੈ, ਅਸੀਂ 2 ਦਿਨ ਦੇਖਾਂਗੇ, ਉਸ ਤੋਂ ਬਾਅਦ ਅਸੀਂ ਤਾਂ ਫਿਰ ਹੋਰ ਕੋਈ ਇਹਦਾ ਜਿਹੜੀ ਹੈ ਨਾ ਸੜਕਾਂ ਤੇ ਉਤਰਾਂਗੇ, ਅਸੀਂ ਇਹਦੀ ਐਜੂਕੇਸ਼ਨ ਕਰਾਂਗੇ।